ਇਸ ਸਕੂਲ ਦੀ ਹਿਸਟਰੀ ਦੀ ਮੈਡਮ ਹੈ ਮਨਜੋਤ ਤਿਆਗੀ ਮੈਡਮ ਹੈ। ਤਾਂ ਮੰਨਣਾ ਇਹ ਹੈ ਜੋ ਗੁਰੂ ਗ੍ਰੰਥ ਸਾਹਿਬ ਉਹ ਇੱਕ ਨੋਰਮਲ ਪੇਜ ਹੈ, ਜੇ ਆਪਾਂ ਜਿਵੇਂ ਆਪਣਾ ਨੋਰਮਲ ਪੇਜ ਹੈ ਜੇ ਉਹਨੂੰ ਆਪਾਂ ਪੈਰਾਂ 'ਚ ਸੱਟਦੇ ਹਾਂ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਉੱਦਾਂ ਸੱਟੀਏ ਤਾਂ ਕੋਈ ਫਰਕ ਨਹੀਂ ਪੈਂਦਾ। ਜੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ ਫਾੜ ਕੇ ਉਹਦੀ ਬੇਅਦਬੀ ਕਰਦਾ ਤੇ ਉਹਨੂੰ ਮੌਤ ਨਹੀਂ ਦੇਣੀ ਚਾਹੀਦੀ, ਨਾ ਉਹਨੂੰ ਕੁਛ ਕਹਿਣਾ ਚਾਹੀਦਾ। ਜੇ ਪੇਜ ਫਾੜ ਗਿਆ ਤੇ ਕੋਈ ਦਿੱਕਤ ਨਹੀਂ ਗੀ। ਭੈਣਾਂ ਵਰਗੀ ਜੇ ਤੁਹਾਡੀ ਥਾਂ ਤੇ ਕੋਈ ਟੀਚਰ ਦੂਜਾ ਹੁੰਦਾ, ਅਸੀਂ ਦੱਸਦੇ ਉਹਨੂੰ ਘਟਨਾ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੀ ਹੈ, ਜਿੱਥੇ ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸੰਘੀ ਢਾਂਚੇ ਵੱਲੋਂ ਸਿੱਖੀ ਸਿਧਾਂਤਾਂ ਨੂੰ ਖੋਰਾ ਲਾ ਕੇ ਹਿੰਦੂ ਰਾਸ਼ਟਰ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ। ਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕੇ ਦੇ ਸਕੂਲਾਂ ਵਿੱਚੋਂ ਪੰਜਾਬੀ ਹਟਾ ਕੇ ਉੱਥੇ ਸੰਸਕ੍ਰਿਤ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਗੰਗਾਨਗਰ ਦੇ ਪਿੰਡ ਧਾਲੇਵਾਲਾ ਦੇ ਸਰਕਾਰੀ ਸਕੂਲ ਵਿਖੇ ਇੱਕ ਸੰਘੀ ਟੀਚਰ ਮਾਸੂਮ ਬੱਚਿਆਂ ਨੂੰ ਪੜ੍ਹਾਉਣ ਲੱਗੀ ਕਿ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ, ਜਿਸ ਤਰ੍ਹਾਂ ਤੁਸੀਂ ਬੱਸ ਦੇ ਵਿੱਚ ਕਿਤਾਬਾਂ ਰੱਖਦੇ ਹੋ ਉਵੇਂ ਹੀ ਇਹ ਵੀ ਇੱਕ ਕਿਤਾਬ ਹੈ, ਹੋਰ ਕੁਛ ਨਹੀਂ। ਇਸੇ ਤਰ੍ਹਾਂ ਪੱਗ ਅਤੇ ਟੋਪੀ ਵਿੱਚ ਵੀ ਕੋਈ ਫਰਕ ਨਹੀਂ। ਉਸ ਟੀਚਰ ਨੇ ਕਲਾਸ ਵਿੱਚ ਇੱਕ ਸਿੱਖ ਬੱਚੇ ਦੀ ਦਸਤਾਰ ਉਤਾਰ ਦਿੱਤੀ ਅਤੇ ਕਹਿਣ ਲੱਗੀ ਕੀ ਫਰਕ ਪਿਆ, ਇਹ ਮੁੱਦਾ ਨਾ ਬਣਾਇਆ ਕਰੋ। ਇਸ ਟੀਚਰ ਮਨਜੂ ਤਿਆਗੀ ਦੇ ਇਸ ਜ਼ਹਿਰੀ ਪ੍ਰਚਾਰ ਬਾਰੇ ਜਦੋਂ ਪਿੰਡ ਪਤਾ ਲੱਗਾ ਤਾਂ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ, ਆਪਣਾ ਵਿਰੋਧ ਜ਼ਾਹਰ ਕਰਦਿਆਂ ਪੂਰੇ ਸਟਾਫ ਨੂੰ ਸਕੂਲ ਅੰਦਰ ਬੰਦ ਕਰਕੇ ਬਾਹਰ ਜਿੰਦਾ ਲਾ ਦਿੱਤਾ ਗਿਆ। ਸਾਡੇ ਸਕੂਲ ਦੀ ਹਿਸਟਰੀ ਦੀ ਮੈਡਮ ਹੈ ਮਨਜੋਤ ਤਿਆਗੀ ਮੈਡਮ ਹੈ। ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਮੇਰੇ ਇਕੱਲੇ ਨਾਲ ਮੈਡਮ ਦੀ ਗੱਲ ਹੋਈ ਸੀ, ਮਹੀਨੇ 'ਚ ਕਮ ਸੇ ਕਮ 4-5 ਵਾਰੀ ਗੱਲ ਹੋਈ ਹੈ। ਉਹਦਾ ਮੰਨਣਾ ਇਹ ਹੈ ਜੋ ਗੁਰੂ ਗ੍ਰੰਥ ਸਾਹਿਬ ਉਹ ਇੱਕ ਨੋਰਮਲ ਪੇਜ ਹੈ, ਜੇ ਆਪਾਂ ਜਿਵੇਂ ਆਪਣਾ ਨੋਰਮਲ ਪੇਜ ਹੈ ਜੇ ਉਹਨੂੰ ਆਪਾਂ ਪੈਰਾਂ 'ਚ ਸੱਟਦੇ ਹਾਂ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਉੱਦਾਂ ਸੱਟੀਏ ਤਾਂ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਜੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ ਫਾੜ ਕੇ ਉਹਦੀ ਬੇਅਦਬੀ ਕਰਦਾ ਤੇ ਉਹਨੂੰ ਮੌਤ ਨਹੀਂ ਦੇਣੀ ਚਾਹੀਦੀ, ਨਾ ਉਹਨੂੰ ਕੁਛ ਕਹਿਣਾ ਚਾਹੀਦਾ। ਜੇ ਪੇਜ ਫਾੜ ਗਿਆ ਤੇ ਕੋਈ ਦਿੱਕਤ ਨਹੀਂ ਗੀ। ਕਹਿੰਦੀ ਸਾਡੇ ਧਰਮ ਦਾ ਜੋ ਗ੍ਰੰਥ ਹੈ ਸਾਡੇ ਤਾਂ ਐਵੇਂ ਥੱਲੇ ਪੈਰਾਂ ਰੁਲਦੇ ਆ। ਮੈਂ ਉਹਨੂੰ ਇਹ ਕਿਹਾ ਕਿ ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਮੰਨਦੇ ਹਾਂ ਤੇ ਸਾਡੇ ਵਾਸਤੇ ਉਹ ਸਭ ਕੁਛ ਹੈ। ਤੁਹਾਡੇ ਬੱਚੇ ਹੈ ਸਾਰੇ, ਠੀਕ ਹੈ ਨਾ ਜੀ, ਕਿਸੇ ਬੱਚੇ ਦਾ ਕਿਸੇ ਦੇ ਤਾਰੀ ਜੇ ਸਾਡੀ ਕਿਸ ਗੱਲ ਦੀ ਹੈ, ਸਾਡੀ ਕਿਸ ਗੱਲ ਦੀ ਹੈ, ਤੁਹਾਨੂੰ ਹਿੰਦੀ ਹੋਈ ਪੰਜਾਬੀ ਨਹੀਂ ਆਉਂਦੀ? ਪ੍ਰਿੰਸੀਪਲ ਨੂੰ ਨੀ, ਸੀਐਮ ਨੂੰ ਵਸੁੰਧਰ ਰਾਜੇ ਨੂੰ ਪਰਸਨਲ ਮਿਲ ਕੇ ਸਕੂਲ ਕਰਵਾ ਰਹੇ ਹੈ। ਸੁਹਾਰਦ ਬਣਾ ਰਹੇ ਘਟੜਾ, ਅੱਛਾ ਮੁੱਲ ਬਣੇ, ਮਿਲ ਕੇ ਸਾਰੇ ਰਹਿਣ, ਤੁਸੀਂ ਗੰਦਗੀ ਪਾ ਰਹੇ ਹੋ, ਤੁਸੀਂ ਮੁੱਲ ਖਰਾਬ ਕਰ ਰਹੇ ਹੋ, ਇਹ ਦੁੱਖ ਹੈ ਜੀ। ਸਾਡੀ ਬੇਨਤੀ ਹੈ ਵੀ ਪਹਿਲਾਂ ਤੁਸੀਂ ਡਿਸੀਜ਼ਨ ਲਓ, ਇਹਨਾਂ ਨੇ ਪੁਲਿਸ ਰਕੇਸ਼ ਜੀ ਕੋਲ ਐਫ ਆਈ ਆਰ ਦਰਜ ਕਰ ਦੇਣਗੇ ਜੀ।
ਉਹ ਤੁਸੀਂ ਆਦੇਸ਼ ਜਾਰੀ ਕਰੋ ਸਸਪੈਂਡ ਵਾਲੇ ਪਹਿਲਾਂ। ਨਹੀਂ ਇੱਕ ਵਾਰ ਸਾਡਾ ਇਹ ਸੀਗਾ ਤੁਹਾਨੂੰ ਪ੍ਰਸਤਾਵ ਦੇਣਾ ਸਾਡਾ ਫਰਜ਼ ਹੈ, ਬਾਕੀ ਜਿਵੇਂ ਤੁਸੀਂ ਕਹੋਗੇ ਸੰਗਤ ਜਿਵੇਂ ਆਦੇਸ਼ ਦੇਊਗੀ। ਕੋਈ ਪ੍ਰਸਤਾਵ ਨਹੀਂ ਹੋਇਆ ਜੀ। ਇੱਕ ਮਿੰਟ ਸਾਹਿਬ, ਤੁਸੀਂ ਇੱਕ ਮਿੰਟ ਆਪਣਾ ਅਗਰ ਟੀਚਰ ਸੇ ਪੁੱਛ ਲਿਆ ਜੀ, ਇਹ ਕਹਿ ਰਹੇ ਮਾਫੀ ਨਹੀਂ ਮੰਗੀ। ਇੱਕ ਕਮਰੇ ਕਿਸ ਦਾ ਮੰਗੀ? ਇੱਕ ਮਿੰਟ ਭਾਜੀ, ਆਪਸ ਗੱਲ ਕਰ ਲਈਏ ਮੇਰਾ। ਇੱਕ ਮਿੰਟ ਭਾਜੀ, ਇੱਕ ਮਿੰਟ ਜਾ ਰਹੇ ਹਾਂ। ਮੈਂ ਕਹਿੰਦਾ ਵੀ ਅੱਜ ਤੁਸੀਂ ਸਾਰੇ ਅਧਿਕਾਰੀ ਬੈਠੇ ਹੋ, ਸਾਰੇ ਅਧਿਕਾਰੀ ਬੈਠੇ ਹੋ, ਅੱਜ ਤੁਹਾਡੇ ਨਾਲ ਕੋਈ ਪੇਟ ਘਟਨਾ ਕਰ ਦਿੰਦੀ ਹੈ, ਕੀ ਸਾਨੂੰ ਮਾਫੀ ਦੇ ਛੁਟਕਾਰ ਹੈ? ਪ੍ਰਸਤਾਵ ਨਹੀਂ ਸਾਹਿਬ, ਇੱਕ ਇੱਕ ਅੱਧੀ ਗੱਲ ਹੈ ਜੀ, ਤੁਸੀਂ ਇੱਕ ਪਿੰਡ ਐਪਲੀਕੇਸ਼ਨ ਦੇ ਚਨਵੇ ਦੀ ਬੈਠੇ ਆ, ਦੇ ਲਿਖ ਰਿਹਾ ਅਧਿਕਾਰੀਆਂ ਦੇ ਲੈਟਰ ਰਿਕਾਰਡਿੰਗ ਕਰ ਲਿਓ, ਨਾ ਤਾਂ ਇਹ ਮੁੱਕਰ ਸਕੇ ਨਾ ਆਪਾਂ ਮੁੱਕਰ ਸਕੀਏ, ਜੇ ਕੋਈ ਮੋਬਾਈਲ ਹੈਗਾ ਕੱਲ ਨੂੰ ਕੱਚੀ ਗੱਲ ਹੋ ਜਾਏ ਕਿਤੇ ਆ ਕੇ।